ਸਤਿ ਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਐਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਬੁਲੇਟਿਨ ਦੇ ਵਿੱਚ ਦੱਸਾਂਗੇ ਤੁਹਾਨੂੰ ਪੰਜਾਬ ਸਮੇਤ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਸ਼ੁਰੂਆਤ ਪੰਜਾਬ ਤੋਂ ਕਰਾਂਗੇ ਤੇ ਸਭ ਤੋਂ ਪਹਿਲਾਂ ਅਸੀਂ ਉਸ ਨੌਜਵਾਨ ਦੀ ਗੱਲ ਕਰਾਂਗੇ ਜਿਸ ਦੀਆਂ ਜੜ੍ਹਾਂ ਤਾਂ ਪੰਜਾਬ ਦੇ ਵਿੱਚ ਨੇ ਪਰ ਉਹ ਜੰਮਿਆ ਪਲਿਆ ਯੂਕੇ ਦਾ ਹੈ ਇੰਗਲੈਂਡ ਦਾ ਜੰਮਿਆ ਪਲਿਆ ਜੱਗੀ ਜੋਲ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ ਸਾਢੇ 4 ਸਾਲ ਪਹਿਲਾਂ ਉਸ ਦੀ ਗ੍ਰਿਫਤਾਰੀ ਹੋਈ ਸੀ ਉਸ ਨੂੰ ਪੰਜਾਬ ਦੀਆਂ ਜਿਲ੍ਹੇ ਵੈਦਾਂ ਦੇ ਵਿੱਚ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਹਾਲੇ ਤੱਕ ਉਸਤੇ ਕੋਈ ਵੀ ਪੱਕਾ ਦੋਸ਼ ਸਾਬਿਤ ਨਹੀਂ ਹੋ ਸਕਿਆ ਹੈ ਤੇ ਜੱਗੀ ਜੋਲ ਦੀ ਗ੍ਰਿਫਤਾਰੀ ਤੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਬਾਰਿਸ ਜான்ਸਨ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਉਹਨਾਂ ਜੋਲ ਦੀ ਗ੍ਰਿਫਤਾਰੀ ਨੂੰ ਮਨਮਰਜ਼ੀ ਦੀ ਕਾਰਵਾਈ ਦੱਸਿਆ। ਜான்ਸਨ ਨੇ ਕਿਹਾ ਕਿ ਭਾਰਤੀ ਜੇਲ੍ਹ ਵਿੱਚ ਜੱਗੀ ਨੂੰ ਮਨਮਾਨੇ ਢੰਗ ਨਾਲ ਬੰਦ ਰੱਖਿਆ ਗਿਆ ਹੈ। ਜੋਲ ਨੂੰ 4 ਨਵੰਬਰ 2017 ਨੂੰ ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਵਕਤ ਜਦੋਂ ਵਿਆਹ ਤੋਂ ਬਾਅਦ ਉਹ ਆਪਣੀ ਨਵੀਂ ਵਿਆਹੀ ਬੌਟੀ ਦੇ ਨਾਲ ਬਾਜ਼ਾਰ ਦੇ ਵਿੱਚ ਖਰੀਦਾਰੀ ਕਰ ਰਿਹਾ ਸੀ। ਉਸ ਨੂੰ ਕਥਿਤ ਤੌਰ ਤੇ ਧੋਖੇ ਨਾਲ ਸਿਵਲ ਵਰਦੀ ਦੇ ਵਿੱਚ ਆਏ ਪੁਲਿਸ ਮੁਲਾਜ਼ਮਾ ਨੇ ਗੱਡੀ ਵਿੱਚ ਬਿਠਾ ਲਿਆ ਸੀ ਤੇ ਉਸ ਬਾਦ ਜੱਗੀ ਜੋਲ ਨੂੰ ਕਦੇ ਵੀ ਛੱਡਿਆ ਨਹੀਂ ਗਿਆ ਜੱਗੀ ਜੋਲ ਤੇ ਹਿੰਦੂ ਲੀਡਰਾਂ ਦੇ ਕਤਲ ਦੀ ਸਾਜ਼ਿਸ਼ ਕਰਨ ਦੇ ਇਲਜ਼ਾਮ ਲੱਗੇ ਨੇ ਪਰ ਹਾਲੇ ਸਾਬਿਤ ਨਹੀਂ ਹੋਏ ਕੁੱਲ ਮਿਲਾ ਕੇ ਜੋਲ ਤੇ ਭਾਰਤ ਵਿੱਚ 11 ਕੇਸ ਦਰਜ ਹੋਏ ਨੇ ਜਿਨ੍ਹਾਂ ਦੇ ਵਿੱਚ ਮੋਗਾ ਦੇ ਬਾਗਾ ਪੁਰਾਣਾ ਦੇ ਵਿੱਚ ਆਰਮਜ਼ ਐਕਟ ਯੂਪੀਏ ਤੇ دہشتਗਰਦੀ ਸਾਜ਼ਿਸ਼ ਦੀਆਂ ਧਰਾਵਾਂ ਤਹਿਤ ਦਰਜ ਕੀਤੇ ਕੇਸ ਵੀ ਸ਼ਾਮਲ ਨੇ ਇਨ੍ਹਾਂ ਧਰਾਵਾਂ ਤਹਿਤ ਕੇਸ ਦਰਜ ਹੋਏ ਹੋਣ ਕਰਕੇ ਜੱਗੀ ਜੋਲ ਨੂੰ ਕਰੀਬ 4.5 ਸਾਲਾਂ ਤੋਂ ਭਾਰਾ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ ਰੱਖਿਆ ਜਾ ਰਿਹਾ ਹੈ ਜੋਲ ਦੇ ਪਰਿਵਾਰ ਤੇ ਵਕੀਲ ਦਾਵਾ ਕਰ ਦੇ ਨੇ ਕਿ ਜੱਗੀ ਜੋਲ ਬੇਗੁਨਾਹ ਹੈ ਬਿਨਾ ਵਜ੍ਹਾ ਹੀ ਉਸ ਨੂੰ ਵਿਆਹ ਦੇ 15 ਦਿਨ ਬਾਅਦ ਹੀ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਸੀ ਵੱਡੀ ਖਬਰ ਹੈ ਬਰਗਾੜੀ ਬੇਅਦਬੀ ਤੇ ਬਹਿਬਲ ਕਲਾ ਗੋਲੀ ਕਾਂਡ ਦੇ ਨਾਲ ਜੁੜੀ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਚਾਨਕ ਸਿੱਖ ਲੀਡਰਾਂ ਨੂੰ ਸ਼ਨੀਚਰਵਾਰ ਨੂੰ ਬਰਗਾੜੀ ਬੇਅਦਬੀ ਕੇਸ ਦੀ ਜਾਂਚ ਰਿਪੋਰਟ ਸੌਂਪ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਪੰਜ ਸਿੱਖ ਲੀਡਰਾਂ ਨੇ ਮੁਲਾਕਾਤ ਕੀਤੀ ਜਿਨ੍ਹਾਂ ਦੇ ਵਿੱਚ ਭਾਈ ਅਮਰੀਕ ਸਿੰਘ ਅਜਨਾਲਾ ਬਾਬਾ ਬਲਦੇਵ ਸਿੰਘ ਬਾਬਾ ਰੇਸ਼ਮ ਸਿੰਘ ਬਾਬਾ ਚਮਕੌਰ ਸਿੰਘ ਤੇ ਚਮਕੌਰ ਸਿੰਘ ਭਾਈ ਰੂਪ ਤੇ ਭਾਈ ਮੇਜਰ ਸਿੰਘ ਪੰਡੋਈ ਸ਼ਾਮਲ ਸਨ ਸਿਟ ਦੇ ਵੱਲੋਂ ਇਹ ਪੂਰੀ ਜਾਂਚ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪੀ ਗਈ ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਇਹ ਸਿੱਖ ਜਥੇਬੰਦੀਆਂ ਨੂੰ ਸੌਂਪ ਦਿੱਤੀ ਗਈ ਹੈ ਸੂਤਰਾਂ ਦੀ ਜਾਣਕਾਰੀ ਦੱਸਦੀ ਹੈ ਕਿ ਅਗਲੇ 2-3 ਦਿਨਾਂ ਤੱਕ ਸਿਟ ਇਸ ਪੂਰੇ ਮਾਮਲੇ ਦੀ ਜਾਂਚ ਬਾਰੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦੇ ਸਕਦੀ ਹੈ ਇਸ ਸਿਟ ਦੇ ਵੱਲੋਂ ਕਈ ਵੱਡੇ ਖੁਲਾਸੇ ਕੀਤੇ ਜਾ ਸਕਦੇ ਨੇ ਕਿ ਇਸ ਘਟਨਾ ਦੇ ਪਿੱਛੇ ਕੌਣ ਜ਼ਿੰਮੇਵਾਰ ਸੀ ਇਸ ਘਟਨਾ ਨੂੰ ਕਿਵੇਂ ਅੰਜਾਮ ਦਿੱਤਾ ਗਿਆ ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਬਾਦਲ ਸਰਕਾਰ ਤੇ ਕੈਪਟਨ ਸਰਕਾਰ ਨੇ ਸਿਰਫ ਗੋਗਲੂਆਂ ਤੋਂ ਮਿੱਟੀ ਝਾੜੀ ਉਹਨਾਂ ਨੇ ਕਿਹਾ ਕਿ ਅਸੀਂ ਤਿੰਨ ਮੰਗਾਂ ਲੈ ਕੇ ਮੁੱਖ ਮੰਤਰੀ ਮਾਨ ਦੇ ਨਾਲ ਮੁਲਾਕਾਤ ਕਰਨ ਦੇ ਲਈ ਗਏ ਸੀ ਇਹਨਾਂ ਮੰਗਾਂ ਦੇ ਵਿੱਚ ਬੁਰਜ ਜਵਾਰ ਸਿੰਘ ਵਾਲਾਂ ਦੇ ਵਿੱਚੋਂ ਸਰੂਪ ਚੋਰੀ ਕੀਤੇ ਜਾਣ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਕੀਤੇ ਜਾਣ ਅਤੇ 20 ਜੁਲਾਈ 2020 ਦੀ ਜਿਹੜੀ ਘਟਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਈ ਸੀ ਕਲਿਆਣ ਨਗਰ ਤੋਂ ਉਸ ਬਾਰੇ ਵੀ ਅਸੀਂ ਇਨਸਾਫ ਦੀ ਮੰਗ ਕੀਤੀ ਸੀ ਉਹਨਾਂ ਦੱਸਿਆ ਕਿ ਸਾਨੂੰ ਪਤਾ ਲੱਗਿਆ ਕਿ ਬਰਗਾੜੀ ਬੇਅਦਬੀ ਦੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਦੇ ਵਿੱਚ ਖੜਾ ਕੀਤਾ ਗਿਆ ਹੈ 29 ਜੁਲਾਈ ਨੂੰ ਦੋਸ਼ੀਆਂ ਬਾਰੇ ਪਤਾ ਲੱਗੂਗਾ ਅਤੇ ਫਿਰ ਸਜ਼ਾ ਦਾ ਐਲਾਨ ਹੋਵੇਗਾ ਜਾਂਚ ਰਿਪੋਰਟ ਨੂੰ ਜਨਤਕ ਕਰਦਿਆਂ ਉਹਨਾਂ ਦੱਸਿਆ ਕਿ ਰਿਪੋਰਟ ਦੇ ਵਿੱਚ ਡੇਰਾ ਸਰਸਾ ਦੇ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਪਹਿਲਾ ਜ਼ਿੰਮੇਦਾਰ ਦੱਸਿਆ ਗਿਆ ਹੈ ਮੁੱਖ ਸਾਜ਼ਿਸ਼ ਕਰਤਾ ਦੱਸਿਆ ਗਿਆ ਤੇ ਰਾਮ ਰਹੀਮ ਖਿਲਾਫ ਕੇਸ ਵੀ ਦਰਜ ਕੀਤਾ ਜਾਊਗਾ ਇਹ ਮੁੱਖ ਮੰਤਰੀ ਨੇ ਕਹਿੰਦੇ ਪਰ ਉਹ ਸਾ ਦਿੱਤਾ ਹੈ ਸੋ ਵੱਡੀ ਕਾਰਵਾਈ ਹੋਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਇਹ ਜਾਂਚ ਰਿਪੋਰਟ ਸਿੱਖ ਲੀਡਰਾਂ ਨੂੰ ਦਿੱਤੀ ਹੈ ਹਾਲਾਂਕਿ ਜਾਂਚ ਰਿਪੋਰਟ ਜਨ ਤੱਕ ਨਹੀਂ ਕੀਤੀ ਗਈ ਹੈ ਇਸ ਦੇ ਅੰਦਰ ਕੀ ਕੁਝ ਲਿਖਿਆ ਹੈ ਇਸ ਬਾਰੇ ਹਾਲੇ ਅਸੀਂ ਜਾਣਕਾਰੀ ਨਹੀਂ ਦੇ ਸਕਾਂਗੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਲੰਘੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਵਿੱਚ ਵੀ ਇਹ ਮੁੱਦਾ ਚੁੱਕਿਆ ਸੀ ਪਰ ਸਰਕਾਰ ਨੇ ਜਾਂ ਕਹਿ ਲਈਏ ਕਿ ਸਪੀਕਰ ਨੇ ਚਰਚਾ ਦਾ ਸਮਾਂ ਨਹੀਂ ਦਿੱਤਾ ਸੀ ਹੁਣ ਤੱਕ ਸਾਰੀਆਂ ਸਿਆਸੀ ਪਾਰਟੀਆਂ ਇਸ ਮਸਲੇ ਨੂੰ ਲੈ ਕੇ ਇੱਕ ਦੂਸਰੇ ਤੇ ਇਲਜ਼ਾਮਬਾਜ਼ੀਆਂ ਹੀ ਕਰਦੀਆਂ ਰਹੀਆਂ ਨੇ 7 ਸਾਲ ਨਿਕਲ ਗਏ ਪਰ ਦੋਸ਼ੀਆਂ ਨੂੰ ਹਾਲੇ ਤੱਕ ਸਜ਼ਾ ਨਹੀਂ ਦਿੱਤੀ ਗਈ ਹੁਣ ਆਵਾਦਮੀ ਪਾਰਟੀ ਵੱਲੋਂ ਵੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇ ਦਾਅਵਾ ਕੀਤਾ ਜਾ ਰਿਹਾ ਹੈ ਸਰਕਾਰ ਇਸ ਰਿਪੋਰਟ ਨੂੰ ਲੈ ਕੇ ਐਕਸ਼ਨ ਕੀ ਲਵੇਗੀ ਹਾਲਾਂਕਿ ਇਹ ਹਾਲੇ ਵੀ ਸਵਾਲ ਬਣਿਆ ਹੋਇਆ ਹੈ ਕਾਂਗਰਸ ਵਿਧਾਇਕ ਸੁਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬਰਗਾੜੀ ਰਿਪੋਰਟ ਅੰਗਰੇਜ਼ੀ ਵਿੱਚ ਜਾਰੀ ਕਰਨ ਤੇ ਤੰਜ ਕਸਿਆ ਹੈ ਕਹਿਆ ਕਿ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਸਿੱਖਾਂ ਤੇ ਪੰਜਾਬ ਨਾਲ ਸਬੰਧਿਤ ਸਭ ਤੋਂ ਮਹੱਤਵਪੂਰਨ ਰਿਪੋਰਟ ਪੇਸ਼ ਕਰਨ ਦੇ ਲਈ ਅੰਗਰੇਜ਼ੀ ਭਾਸ਼ਾ ਨੂੰ ਚੁਣਿਆ ਗਿਆ ਜਦ ਕਿ ਮੁੱਖ ਮੰਤਰੀ ਜੀ ਦੂਜਿਆਂ ਨੂੰ ਪੰਜਾਬੀ ਬੋਲਣਾ ਸਿਖਾਉਂਦੇ ਨੇ ਦੂਜਿਆਂ ਕਹਿੰਦੇ ਆਪ ਸਰਕਾਰ ਇਸ ਰਿਪੋਰਟ ਦੇ ਵਿੱਚ ਮੁੱਖ ਦੋਸ਼ੀ ਬਾਦਲਾਂ ਨੂੰ ਨਾਮਜ਼ਦ ਕਰਨ ਦੇ ਵਿੱਚ ਵੀ ਅਸਫਲ ਰਹੀ ਹੈ ਕਹਿੰਦੇ ਕੀ ਇਸ ਨੂੰ ਆਪ ਤੇ ਬਾਦਲਾਂ ਦਾ ਗੱਠ ਜੋੜ ਮੰਨਿਆ ਜਾ ਸਕਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੂੰਗੀ ਵੇਚਣ ਵਾਲੇ ਕਿਸਾਨਾਂ ਦੇ ਲਈ ਇੱਕ ਵੱਡਾ ਐਲਾਨ ਕੀਤਾ ਹੈ ਮੁੱਖ ਮੰਤਰੀ ਨੇ ਮੂੰਗੀ ਕਾਸ਼ਤਕਾਰਾਂ ਦਾ ਉਤਸ਼ਾਹ ਵਧਾਉਣ ਦੇ ਲਈ ਸਮਰਥਨ ਤੋ ਘੱਟ ਮੁੱਲ ਤੇ ਵਿਕੀ ਮੂੰਗੀ ਦੇ ਮੁੱਲ ਦੀ ਪਰ ਪਾਈ ਸਰਕਾਰ ਵੱਲੋਂ ਕਰਨ ਦੇ ਹੁਕਮ ਦਿੱਤੇ ਨੇ ਜਿਸ ਤਹਿਤ ਘੱਟ ਮਿਲੇ ਮੁੱਲ ਦੇ ਬਦਲੇ 1000 ਰੁਪਏ ਪ੍ਰਤੀ ਕੁਇੰਟਲ ਤੱਕ ਕਿਸਾਨਾਂ ਨੂੰ ਦਿੱਤੇ ਜਾਣਗੇ ਯਾਨੀ ਕਿ ਜੇ ਕਿਸੇ ਵੀ ਕਿਸਾਨ ਨੇ ਐਮਐਸਪੀ ਰੇਟ ਤੋਂ ਘੱਟ ਰੇਟ ਤੇ ਮੂੰਗੀ ਵੇਚੀ ਹੈ ਜਾਂ ਯਾਨੀ ਕਿ ਉਸ ਦੀ ਮੂੰਗੀ ਐਮਐਸਪੀ ਰੇਟ ਤੇ ਨਹੀਂ ਖਰੀਦੀ ਗਈ ਤਾਂ ਸੂਬਾ ਸਰਕਾਰ ਉਹਨਾਂ ਕਿਸਾਨਾਂ ਨੂੰ ਬਕਾਇਆ ਅਗਦਾਇਗੀ ਕਰੇਗੀ ਤਾਂ ਜੋ ਕਿਸਾਨ ਫਸਲੀ ਵਿਭਿੰਨਤਾ ਨੂੰ ਅਪਣਾਉਣ ਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਲਈ ਕੋਸ਼ਿਸ਼ਾਂ ਜਾਰੀ ਰੱਖ ਸਕਣ ਮਾਰਕਟ ਫੈਟ ਜਿਹੜੇ ਆ ਉਹ ਰੈਕਸੇਸ਼ਨ ਦੇ ਰਹੀ ਹੈ ਕੁਆਲਿਟੀ ਦੇ ਵਿੱਚ ਜੇ ਕਿਸੇ ਦੀ ਮੂੰਗੀ ਫਰਜ ਕਰੋ 7000 ਰੁਪਏ ਕਵਾਂਟਲ ਵਿਕੀ ਹੈ ਤਾਂ ਪੰਜਾਬ ਗਵਰਨਮੈਂਟ 200 75 ਰੁਪਏ ਉਹਨੂੰ ਪੱਤਾ ਦੇਊਗੀ ਇਨਸੈਂਟਿਵ ਦੇਊਗੀ ਜਾਨੀ ਕਿ ਐਮਐਸਪੀ ਦੇ ਨਾਲ ਬਰਾਬਰ ਕਰ ਦਾਂਗੇ 70 7000 ਚ ਵਿਕੀ 275 ਹੋਗੇ 72 75 ਜੇ ਕਿਸੇ ਦੀ ਮੂੰਗੀ 6500 ਨੂੰ ਵਿਕੀ ਹੈ ਤਾਂ ਉਹਨੂੰ ਅਸੀਂ ਫਿਰ 72 75 ਕਰਨ ਲਈ ਜਿਹੜਾ ਫਰਕ ਹੈ 775 ਦਾ ਉਹ ਦੇਵਾਂਗੇ ਜੀ ਪਰ ਮੂੰਗੀ ਚੱਕੀ ਜਾਊਗੀ ਜੇ ਕਿਸੇ ਦੀ ਮੂੰਗੀ ਖਰਾਬ ਤੋਂ ਖਰਾਬ ਕੁਆਲਿਟੀ 6000 ਦੀ ਵੀ ਵਿਕੀ ਹੈ ਚਾਹੇ ਉਹ ਇਹਦੋਂ ਪਹਿਲਾਂ ਵਿਕ ਚੁੱਕੀ ਹੈ ਸਾਡੇ ਕੋਲੇ ਡਾਟਾ ਸਾਰਾ ਤਾਂ ਉਹਨੂੰ ਅਸੀਂ 1000 ਰੁਪਏ ਯਾਨੀ ਉਹਨੂੰ 7000 ਤੱਕ ਅਸੀਂ ਪਰ ਪੁਆਇੰਟ ਪੈਸੇ ਦੇਵਾਂਗੇ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਡਾ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ}{|\text{ਸ਼ਲਾਘਾ ਕੀਤੀ ਹੈ। ਲੁਧਿਆਣਾ ਪੁਲਿਸ ਨੇ ਲੋਕਨਸਭਾ ਪਾਰਟੀ ਦੇ ਮੁਖੀ ਤੇ ਹਲਕਾ ਆਤਮਨਗਰ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਸਿੰਘ ਬੈਂਸ ਨੂੰ ਇੱਕ ਔਰਤ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਜੁਆਇੰਟ ਪੁਲਿਸ ਕਮਿਸ਼ਨਰ ਰਵਚਰਨ ਸਿੰਘ ਬਰਾੜ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਮਾਮਲੇ ਵਿੱਚ ਨਾਮਜ਼ਦ ਬਾਕੀ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਲਈ ਵੀ ਪੁਲਿਸ ਛਾਪੇਮਾਰੀ ਕਰ ਰਹੀ ਹੈ। ਬੈਂਸ ਦੇ ਭਰਾ ਕਰਮਜੀਤ ਸਿੰਘ ਬੈਂਸ ਨੂੰ ਵੀ ਅਦਾਲਤ ਨੇ ਇਸ ਮਾਮਲੇ 'ਚ ਭਗੌੜਾ ਕਰਾਰ ਦਿੱਤਾ ਹੋਇਆ ਸੀ ਤੇ ਸਿਮਰਜੀ ਜਲਦ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਕਿਉਂਕਿ ਬੈਂਸ ਦੇ ਕੋਲ ਹੁਣ ਕੋਈ ਰਾਹ ਨਹੀਂ ਬਚਿਆ ਹੈ ਸੁਪਰੀਮ ਕੋਰਟ ਨੇ ਬੈਂਸ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇੱਕ ਦਿਨ ਪਹਿਲਾਂ ਹੀ ਇਨਕਾਰ ਕੀਤਾ ਹੈ ਤੇ ਸਿਮਰਜੀਤ ਬੈਂਸ ਸਮੇਤ 6 ਜਣੇ ਹੋਰਾਂ ਨੂੰ ਵੀ ਇਸ ਕੇਸ ਦੇ ਵਿੱਚ ਭਗੌੜਾ ਐਲਾਨਿਆ ਜਾ ਚੁੱਕਿਆ ਸਿੱਧੂ ਮੂਸੇਵਾਲਾ ਕਤਲकांड ਦੀ ਗੱਲ ਕਰ ਲਈਏ ਤਾਂ 1 ਮਹੀਨਾ 4 ਦਿਨ ਬੀਤ ਚੁੱਕੇ ਨੇ ਯਾਨੀ ਕਿ 34 ਦਿਨ ਉਸ ਭਿਆਨਕ ਕਤਲकांड ਨੂੰ ਬੀਤ ਚੁੱਕੇ ਨੇ ਤੇ ਹੌਲੀ-ਹੌਲੀ ਇਹ ਜਾਂਚ ਦੀ ਗੱਲ ਹੈ ਜਾਂ ਮੂਸੇਵਾਲਾ ਕਤਲ ਕੇਸ ਦੀ ਗੱਲ ਹੈ ਉਹ ਮੀਡੀਆ ਦੇ ਵਿੱਚੋਂ 20 ਘਟਦੀ ਜਾ ਰਹੀ ਹੈ ਅਤੇ ਪੁਲਿਸ ਵੀ ਇਸ ਮਾਮਲੇ ਤੇ ਕੋਈ ਬਹੁਤੀ ਅਪਡੇਟ ਨਹੀਂ ਜਾਰੀ ਕਰਦੀ ਹਾਲਾਂਕਿ ਜੱਗੂ ਭਗਵਾਨਪੁਰਿਆ ਦਾ ਪੁਲਿਸ ਰਮਾਂਡ ਚੱਲ ਰਿਹਾ ਹੈ ਮਾਨਸਾ ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ ਪਰ ਹਾਲੇ ਤੱਕ ਵੀ ਪੁਲਿਸ ਇਸ ਜਾਂਚ ਦੇ ਸਿਰੇ ਤੱਕ ਨਹੀਂ ਅਪੜੀ ਹੈ ਪੁਲਿਸ ਕੋਸ਼ਿਸ਼ਾਂ ਤਾਂ ਬਹੁਤ ਕਰ ਰਹੀ ਹੈ ਲਾਰੈਂਸ ਬਿਸ਼ਨੋਈ ਸਿੱਧੇ ਤੌਰ ਤੇ ਮੰਨ ਚੁੱਕਿਆ ਹੈ ਕਿ ਕਤਲ ਉਹਨਾਂ ਨੇ ਕਰਵਾਇਆ ਹੈ ਗੋਲਡੀ ਬਰਾੜ ਜਨਤਕ ਤੌਰ ਤੇ ਕਹਿ ਚੁੱਕਿਆ ਹੈ ਕਿ ਕਤਲ ਅਸੀਂ ਕੀਤਾ ਹੈ باوجود ਇਸ ਦੇ ਮੁੱਖ ਦੋਸ਼ੀ ਤੱਕ ਪੁਲਿਸ ਦੇ ਹੱਥ ਹਾਲੇ ਤੱਕ ਨਹੀਂ ਪਹੁੰਚੇ ਚਿੰਚਰਵਾਰੋਂ ਇੱਕ ਹੋਰ ਜਾਣਕਾਰੀ ਇਹ ਮਿਲੀ ਕਿ ਲਾਰੈਂਸ ਬਿਸ਼ਨੋਈ ਦੇ ਖਾਸ ਦੱਸੇ ਜਾਂਦੇ ਰਜਿੰਦਰ ਸ਼ੋਕਰ ਦੇ ਦੋ ਸਾਥੀਆਂ ਦੀ ਗ੍ਰਿਫਤਾਰੀ ਮੋਹਾਲੀ ਦੀ ਬਲੌਂਗੀ ਤੋਂ ਹੋਈ ਹੈ ਇਹਨਾਂ ਦੇ ਨਾਮ ਗੌਰਵ ਤੇ ਬੰਟੀ ਦੱਸੇ ਗਏ ਨੇ ਦੋਵਾਂ ਤੋਂ ਪੁਲਿਸ ਨੇ ਹੈਰੋਇਨ ਤੇ 3 ਲੱਖ ਰੁਪਏ ਵੀ ਬਰਾਮਦ ਕੀਤੇ ਨੇ ਰਜਿੰਦਰ ਸ਼ੋਕਰ ਤੇ ਸਿੱਧੂ ਦੇ ਕਾਤਲਾਂ ਨੂੰ ਪਨਾਹ ਦੇਣ ਦੇ ਇਲਜ਼ਾਮ ਲੱਗੇ ਨੇ ਫਿਲਹਾਲ ਉਹ ਪੁਲਿਸ ਦੇ ਗ੍ਰਫਤ ਚੋਂ ਬਾਹਰ ਹੈ ਸਿੱਧੂ ਮੂਸੇਵਾਲੇ ਦੇ ਭਿਆਨਕ ਕਤਲ ਤੋਂ ਬਾਅਦ ਗੈਂਗਸਟਰਾਂ ਦੀ ਕਾਫੀ ਚਰਚਾ ਹੋ ਰਹੀ ਹੈ ਗੈਂਗਸਟਰ ਕਲਚਰ ਦੀ ਚਰਚਾ ਹੋ ਰਹੀ ਹੈ ਪ੍ਰਸਿੱਧ ਪੰਜਾਬੀ ਕਲਾਕਾਰ ਯੋਗਰਾਜ ਸਿੰਘ ਨੇ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਸਰਕਾਰ ਨੂੰ ਹਰ ਸ਼ਖਸ ਨੂੰ ਹਥਿਆਰ ਦੇਣੇ ਚਾਹੀਦੇ ਨੇ ਤਾਂ ਜੋ ਉਹ ਆਪਣੀ ਰੱਖਿਆ ਖੁਦ ਕਰ ਸਕਣ ਪਰ ਇਹਨਾਂ ਨੂੰ ਵਰਤਿਆ ਉਦੋਂ ਜਾਣਾ ਚਾਹੀਦਾ ਜਦੋਂ ਸਹੀ ਮਾਇਨੇ ਦੇ ਵਿੱਚ ਇਸਦੀ ਲੋੜ ਹੋਵੇ ਯੋਗਰਾਜ ਸਿੰਘ ਨੇ ਹਾਕ ਕੇ ਗੈਂਗਸਟਰ ਸਿਆਸੀ ਸਿਸਟਮ ਚੋਂ ਪੈਦਾ ਹੁੰਦੇ ਨੇ ਜਿਸ ਦਿਨ ਰਾਜਨੀਤੀ ਵਿੱਚ ਸੁਧਾਰ ਆ ਗਿਆ ਤੇ ਆਮ ਲੋਕਾਂ ਦੇ ਬਾਰੇ ਸੋਚਿਆ ਜਾਣ ਲੱਗਾ ਉਹਨਾਂ ਦੇ ਹੱਕਾਂ ਦੀ ਗੱਲ ਹੋਣ ਲੱਗ ਪਈ ਉਹ ਦਿਨ ਹੀ ਗੈਂਗਸਟਰ ਪੈਦਾ ਹੋਣੇ ਬੰਦ ਹੋ ਜਾਣਗੇ ਜਦਕਿ ਇਸ ਤੋਂ ਇੱਕ ਦਿਨ ਪਹਿਲਾਂ ਪ੍ਰਸਿੱਧ ਪੰਜਾਬੀ ਗਾਇਕ ਅੰਦਰਜੀਤ ਨਿੱਕੂ ਨੇ ਗੈਂਗਸਟਰਵਾਦ ਲਈ ਪੰਜਾਬੀ ਇੰਡਸਟਰੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਨਿੱਕੂ ਨੇ ਕਿਹਾ ਸੀ ਕਿ ਪੰਜਾਬੀ ਗਾਣਿਆਂ ਵਿੱਚਲੇ ਗੈਂਗਵਾਰ ਕਲਚਰ ਅਸ਼ਾਂਤੀ ਫੈਲਾਉਣ ਦੇ ਲਈ ਜ਼ਿੰਮੇਦਾਰ ਨੇ ਗੈਂਗਵਾਰ ਵਾਲੇ ਗਾਣਿਆਂ ਦੇ ਨਾਲ ਕਹਿੰਦੇ ਪੀੜੀਆਂ ਖਤਮ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਪਹਿਲਾ ਬਜਟ ਪੇਸ਼ ਕੀਤੇ ਜਾਣ ਤੋਂ ਬਾਅਦ ਮੱਤੇਵਾੜਾ ਜੰਗਲ ਦੀ ਬਰਬਾਦੀ ਦਾ ਮਸਲਾ ਵੱਡੇ ਤੌਰ ਤੇ ਖੜਾ ਹੋ ਰਿਹਾ ਹੈ ਇਸ ਦੇ ਦਰਮਿਆਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਪ ਸਿੰਘ ਸੰਧਵਾ ਨੇ ਲੁਧਿਆਣਾ ਜ਼ਿਲ੍ਹੇ ਦੇ ਸਤਲੁਜ ਕੰਡੇ ਪੈਂਦੇ ਮੱਤੇਵਾੜਾ ਜੰਗਲ ਨੂੰ ਬਚਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਹੈ ਨਾਲ ਹੀ ਉਨ੍ਹਾਂ ਪੰਜਾਬ ਦੇ ਵਿੱਚ ਜੰਗਲੀ ਕਵਰ ਨੂੰ 367% ਤੋਂ ਵਧਾ ਕੇ ਭਾਰ ਦੇ ਬਾਕੀ ਸੂਬਿਆਂ ਦੇ ਬਰਾਬਰ 33% ਕਰਨ ਬਾਰੇ ਵੀ ਸਾਰਥਕ ਕਦਮ ਚੁੱਕਣ ਦੀ ਵਕਾਲਤ ਕੀਤੀ ਹੈ ਸੰਧਵਾ ਵੱਲੋਂ ਲਿਖੀ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਵਾਰੀਅਰ ਮੂਮਸ ਮਦਰਸ ਵਰਕ ਕ ਈਸਪੋਰਟ आवर ਫਾਰਮਸ ਭਾਈ ਕਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਨਰੋਆ ਪੰਜਾਬ ਮੰਚ ਤੇ ਹੋਰ ਸਮਾਜਿਕ ਸੰਸਥਾਵਾਂ ਦੇ ਵੱਲੋਂ ਫੋਰੈਸਟ ਕਵਰੇਜ ਵਧਾਉਣ ਦੇ ਲਈ ਬੜੇ ਚੰਗੇ ਸੁਝਾਅ ਦਿੱਤੇ ਗਏ ਨੇ ਤੇ ਉਹਨਾਂ ਨੇ ਜ਼ੋਰਦਾਰ ਸ਼ਬਦਾਂ ਦੇ ਵਿੱਚ ਇਹਨਾਂ ਸਾਰੀਆਂ ਵਾਤਾਵਰਣ ਪ੍ਰੇਮੀ ਜਥੇਬੰਦੀਆਂ ਦੇ ਕਹਿਣ ਦੀ ਵਕਾਲਤ ਕੀਤੀ ਗਈ ਹੈ ਸ਼ੁਕਰਵਾਰ ਨੂੰ ਚੰਡੀਗੜ੍ਹ ਦੇ ਵਿੱਚ ਇਹਨਾਂ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਅਤੇ ਪੰਜਾਬ ਸਰਕਾਰ ਨੂੰ ਆਪਣੇ ਉਸ ਬਜਟ ਦੇ ਵਿੱਚ ਦਿੱਤੇ ਗਏ ਫੈਸਲੇ ਨੂੰ ਮੁੜ ਵਿਚਾਰ ਕਰਕੇ ਕਰਕੇ ਲਾਗੂ ਦੀ ਅਪੀਲ ਕੀਤੀ ਸੀ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਮੱਤੇਵਾੜਾ ਜੰਗਲ ਦੇ ਨਾਲ ਇੰਡਸਟਰੀਅਲ ਪਾਰਕ ਹੈ ਜਿਹੜਾ ਉਹ ਸਥਾਪਿਤ ਕੀਤਾ ਜਾਊਗਾ ਪੰਜਾਬ ਦੇ ਡੀਜੀਪੀ ਵੀਕੇ ਭਾਵੜਾ ਦੀ 2 ਮਹੀਨੇ ਦੀ ਛੁੱਟੀ ਭਗਵੰਤ ਸਿੰਘ ਮਾਨ ਸਰਕਾਰ ਨੇ ਮਨਜ਼ੂਰ ਕਰ ਲਈ ਹੈ ਹੁਣ ਉਹਨਾਂ ਦੀ ਥਾਂ ਲਾਏ ਜਾਣ ਵਾਲੇ ਡੀਜੀਪੀ ਨੂੰ ਕਾਰਜਕਾਰੀ ਚਾਰਜ ਦਿੱਤਾ ਜਾਊਗਾ ਮਨੋਨੀਤ ਡੀਜੀਪੀ ਗੌਰਵ ਯਾਦਵ ਅਤੇ ਹਰਪ੍ਰੀਤ ਸਿੰਘ ਸਿੱਧੂ ਹੁਣ ਪੰਜਾਬ ਦੇ ਨਵੇਂ ਡੀਜੀਪੀ ਦੀ ਦੌੜ ਵਿੱਚ ਸ਼ਾਮਲ ਹੋ ਗਏ ਨੇ ਪੰਜਾਬ ਦੇ ਇੱਟਪੱਠਾ ਮਾਲਕਾਂ ਨੇ ਵੱਡਾ ਫੈਸਲਾ ਲੈਂਦਿਆਂ ਅਣਮਿੱਥੇ ਸਮੇਂ ਦੇ ਲਈ ਪੱਠੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਦੇਸ਼ਪੁਰ ਦੇ ਇੱਟਪੱਠਾ ਮਾਲਕਾਂ ਦੇ ਕੋਲੇ ਦੀਆਂ ਕੀਮਤਾਂ ਤਿੰਨ ਗੁਣਾ ਵਧਾਏ ਜਾਣ ਕਰਕੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਪੰਜਾਬ ਭਰ ਦੇ ਪੱਠਾ ਮਾਲਕਾਂ ਦੀ ਲੁਧਿਆਣਾ ਦੇ ਮੁੱਲਾਂਪੁਰ ਦੇ ਵਿੱਚ ਇੱਕ ਅਹਿਮ ਬੈਠਕ ਹੋਈ ਜਿਸ ਦੇ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਹਰਮੇਸ਼ ਮੋਹੀ ਨੇ ਐਲਾਨ ਕੀਤਾ ਕਿ ਪੰਜਾਬ ਦੇ ਵਿੱਚ 2 ਜੁਲਾਈ ਤੋਂ ਹੀ ਅਣਮਿੱਥੇ ਸਮੇਂ ਦੇ ਲਈ ਪੱਠੇ ਬੰਦ ਕਰ ਦਿੱਤੇ ਜਾਣਗੇ ਅਤੇ ਬੰਦ ਕਰ ਵੀ ਦਿੱਤੇ ਗਏ ਨੇ ਜਦੋਂ ਤੱਕ ਕਹਿੰਦੇ ਸਰਕਾਰ ਕੋਲੇ ਦੀਆਂ ਕੀਮਤਾਂ ਪਹਿਲਾਂ ਵਾਂਗੂ ਨਹੀਂ ਕਰਦੀ ਪੰਜਾਬ ਦੇ ਪੱਠਾ ਮਾਲਕਾਂ ਨੂੰ ਕੋਟੇ ਮੁਤਾਬਿਕ ਕੋਲਾ ਸਪਲਾਈ ਨਹੀਂ ਹੁੰਦਾ ਉਦੋਂ ਤੱਕ ਪੱਠੇ ਬੰਦ ਰਹਿਣਗੇ ਸੋ ਪੰਜਾਬ ਦੇ ਵਿੱਚ ਕੰਸਟਰਕਸ਼ਨ ਦਾ ਕੰਮ ਹੈ ਜਿਹੜਾ ਉਹ ਜ਼ਰੂਰ ਪ੍ਰਭਾਵਿਤ ਹੋਵੇਗਾ ਪੰਜਾਬ ਸਿਵ ਵਿਧੀਕ ਡਾਇਰੈਕਟਰ ਜਨਰਲ ਲਾ ਐਂਡ ਆਰਡਰ ਦੇ ਵੱਲੋਂ ਸਰਕਾਰੀ ਬੱਸਾਂ ਤੋਂ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਤੇ ਮੁਤਵਾਜ਼ੀ ਜਥੇਦਾਰ ਦੀਆਂ ਤਸਵੀਰਾਂ ਉਤਾਰਨ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਗਿਆ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪੁਲਿਸ ਮੁਖੀ ਦੇ ਇਸ ਪੱਤਰ ਤੇ ਇਤਰਾਜ਼ ਜਤਾਇਆ ਹੈ ਜਦਕਿ ਟਰਾਂਸਪੋਰਟ ਮੰਤਰੀ ਪੱਤਰ ਬਾਰੇ ਅਗਿਆਨਤਾ ਪ੍ਰਗਟ ਕਰਕੇ ਖਹਿੜਾ ਛੁੜਾ ਰਹੇ ਲੱਗਦੇ ਨੇ ਵਧੀਕ ਡਾਇਰੈਕਟਰ ਜਨਰਲ ਲਾ ਐਂਡ ਆਰਡਰ ਵੱਲੋਂ 2-3 ਦਿਨ ਪਹਿਲਾਂ ਸਮੂਹਿਕ ਪੁਲਿਸ ਕਮਿਸ਼ਨਰਾਂ ਅਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਮੈਨੇਜਮੈਂਟ ਨੂੰ ਚਿੱਠੀ ਲਿਖ ਕੇ ਸੰਤਾ ਅਤੇ ਮਤਵਾਜੀ ਜਥੇਦਾਰ ਜਗਤਾਰ ਸਿੰਘ ਹਵਾਰਾ ਦੀਆਂ ਸਰਕਾਰੀ ਬੱਸਾਂ ਤੇ ਲੱਗੀਆਂ ਫੋਟੋਆਂ ਉਤਾਰਨ ਲਈ ਕਿਹਾ ਗਿਆ ਸੀ ਪੁਲਿਸ ਵਿਭਾਗ ਵੱਲੋਂ ਜ਼ਿਲ੍ਹਾ ਮੁਖੀਆਂ ਨੂੰ ਭੇਜੇ ਪੱਤਰ ਵਿੱਚੋਂ ਨਾ ਬੱਸਾਂ ਦੇ ਨੰਬਰ ਵੀ ਦਿੱਤੇ ਗਏ ਸਨ ਜਿਨ੍ਹਾਂ ਤੇ ਦੋਵਾਂ ਦੀਆਂ ਤਸਵੀਰਾਂ ਲੱਗੀਆਂ ਸਨ ਹੁਕਮਾਂ ਵਿੱਚ ਕਿਹਾ ਗਿਆ ਕਿ ਬਰਨਾਲਾ ਬਠਿੰਡਾ ਤੇ ਸੰਗਰੂਰ ਡਿਪੂਆਂ ਦੀਆਂ ਪੀਆਰਟੀਸੀ ਦੀਆਂ ਕੁਝ ਬੱਸਾਂ ਉੱਤੇ ਪਿੰਡਰਾਵਾਲਿਆਂ ਅਤੇ ਹਵਾਰਾ ਦੀਆਂ ਤਸਵੀਰਾਂ ਤੋਂ ਇਲਾਵਾ ੜਕਾਉ ਸ਼ਬਦ ਵੀ ਲਿਖੇ ਗਏ ਨੇ ਪੁਲਿਸ ਮੁਖੀ ਨੇ ਇਹਨਾਂ ਤਸਵੀਰਾਂ ਤੇ ਨਾਰਿਆਂ ਨੂੰ ਪ੍ਰਾਈਵੇਟ ਤੇ ਸਰਕਾਰੀ ਬੱਸਾਂ ਤੋਂ ਬਿਨਾਂ ਦੇਰੀ ਤੋਂ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਐਸਜੀਬੀਸੀ ਮੈਂਬਰ ਗੁਰਚਨ ਸਿੰਘ ਗਰੇਵਾਲ ਨੇ ਪੁਲਿਸ ਦੀ ਚਿੱਠੀ ਤੇ ਇਤਰਾਜ਼ ਪ੍ਰਗਟ ਕਰਦਿਆਂ ਸਖਤ ਨਿੰਦਿਆ ਕੀਤੀ ਹੈ ਉਹਨਾਂ ਇਸ ਦੀ ਜਾਂਚ ਦੀ ਮੰਗ ਕੀਤੀ ਹੈ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਜਦਕਿ ਟ੍ਰਾਂਸਪੋਰਟ ਮੰਤਰੀ ਮੀਡੀਆ ਨਾਲ ਗੱਲਬਾਤ ਕਰਦੇ ਅਜਿਹੇ ਕਿਸੇ ਵੀ ਪੱਤਰਬਾਰੇ ਜਾਣਕਾਰੀ ਹੋਣ ਤੋਂ ਬਿਲਕੁਲ ਮੁੱਕਰ ਗਏ ਬੀਜੇਪੀ ਦੇ ਸੀਨੀਅਰ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਨਾ ਹੁਕ ਨੂੰ ਗਲਤ ਦੱਸਿਆ ਗਿਆ ਜਿਹੜਾ ਕਿ درست ਨਹੀਂ ਹੈ ਟਰਾਂਸਪੋਰਟ ਮੰਤਰੀ ਦੀ ਆਪਣੇ ਵਿਭਾਗ ਬਾਰੇ ਅਧੂਰੀ ਜਾਣਕਾਰੀ ਪੰਜਾਬ ਦੀ ਜਨਤਾ ਦੇ ਨਾਲ ਇੱਕ ਕੁੱਝਾ ਮਜ਼ਾਕ ਹੈ ਕਾਂਗਰਸ ਵਿਧਾਇਕ ਸੁਪਾਲ ਸਿੰਘ ਖਹਿਰਾ ਨੇ 2009 ਤੋਂ 2012 ਤੱਕ ਪੰਜਾਬ ਛੋਏ ਵੈਟ ਦੇ 44000 ਕਰੋੜ ਰੁਪਏ ਦੇ ਘੁਟਾਲੇ ਦਾ ਪਰਦਾਫਾਸ਼ ਕਰਨ ਦਾ ਦਾਵਾ ਕੀਤਾ ਆਪਣੇ ਘਰ ਚੰਡੀਗੜ੍ਹ ਦੇ ਵਿੱਚ ਕੀਤੀ ਪ੍ਰੈਸ ਕਾਨਫਰੰਸ ਦੇ ਵਿੱਚ ਖਹਿਰਾ ਨੇ ਦੱਸਿਆ ਕਿ ਸਾਬਕਾ ਫੌਜੀ ਅਧਿਕਾਰੀ ਅਤੇ ਸਾਬਕਾ ਐਕਸਾਈਜ਼ ਤੇ ਟੈਕਸੇਸ਼ਨ ਅਧਿਕਾਰੀ ਕੈਪਟਨ ਵਾਈਐਸ ਮੱਤਾ ਨੇ ਉਹਨਾਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਹੈ ਉਹਨਾਂ ਇਸ ਸਾਰੇ ਮਾਮਲੇ ਬਾਰੇ ਇਸ ਸੈਸ਼ਨ ਦੌਰਾਨ ਮੁੱਖ ਮੰਤਰੀ ਨੂੰ ਸੂਚਿਤ ਵੀ ਕੀਤਾ ਸੀ ਤੇ ਉਹਨਾਂ ਨੇ ਸਮਾਂ ਦੇਣ ਦਾ ਵਾਅਦਾ ਵੀ ਕੀਤਾ ਸੀ ਪਰ ਕਹਿੰਦੇ ਹਾਲੇ ਤੱਕ ਮਾਨ ਸਰਕਾਰ ਨੇ ਇਸ ਬਾਰੇ ਕੋਈ ਸਮਾਂ ਨਹੀਂ ਦਿੱਤਾ ਹਰਕੇ ਹੁਣ ਕੈਪਟਨ ਮੱਤਾ ਤੇ ਸੁਪਾਲ ਖਹਿਰਾ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਹੈ ਖਹਿਰਾ ਨੇ ਦੱਸਿਆ ਕਿ ਸਾਰਾ ਮਾਮਲਾ ਕੰਟੇਨਰ ਕਾਰਪੋਰੇਸ਼ਨ ਆਫ ਇੰਡੀਆ ਤੋਂ ਢੰਡਾਰੀ ਕਲਾਂ ਦੇ ਦੁਆਲੇ ਘੁੰਮਦਾ ਹੈ ਇਸ ਡਰਾਈ ਪੋਰਟ ਤੇ ਕਾਫੀ ਸਾਰਾ ਸਮਾਨ ਆਉਂਦਾ ਹੈ 1 ਅਪ੍ਰੈਲ 2009 ਤੋਂ ਲੈ ਕੇ 31 ਅਗਸਤ 2012 ਤੱਕ 44000 ਕਰੋੜ ਦਾ ਬਣਦਾ ਵੈਟ ਵੀ ਲੱਗਣਾ ਚਾਹੀਦਾ ਸੀ ਪਰ ਕਹਿੰਦੇ ਕੈਪਟਨ ਮੱਤਾ ਵੱਲੋਂ ਉਪਲਬਧ ਕਰਵਾਈ ਗਈ ਜਾਣਕਾਰੀ ਦੇ ਹਿਸਾਬ ਨਾਲ ਲਗਭਗ 3 ਸਾਲ ਦਾ ਇਹ ਵੈਟ ਅਦਾ ਹੀ ਨਹੀਂ ਕੀਤਾ ਗਿਆ ਇਸ ਸੰਬੰਧ ਵਿੱਚ ਜਦੋਂ ਕੈਪਟਨ ਮੱਤਾ ਨੇ ਸਾਰਾ ਮਾਮਲਾ ਵੱਡੇ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਤਾਂ ਉਹਨਾਂ ਦਾ ਲੁਧਿਆਣਾ ਤੋਂ ਤਬਾਦਲਾ ਹੀ ਕਰ ਦਿੱਤਾ ਗਿਆ ਬੇਸਿਕਲੀ ਇਹ ਜਿਹੜਾ ਕਨਟੇਨਰ ਕਾਰਪੋਰੇਸ਼ਨ ਆਫ ਇੰਡੀਆ ਉਥੋਂ ਢੰਡਾਰੀ ਕਲਾਂ ਜਿਹੜਾ ਡਰਾਈਪੋਰਟ ਹੈਗਾ ਪੰਜਾਬ ਦਾ ਉਥੇ ਸਾਰੇ ਗੁੱਡਸ ਆਉਂਦੇ ਨੇ ਉਹਦੇ ਚ ਐਲਈਡੀ ਸਕਰੀਨਸ ਨੇ ਉਹਦੇ ਚ ਹਰ ਤਰ੍ਹਾਂ ਦਾ ਸਮਾਨ ਪੰਜਾਬ ਦੇ ਵਿੱਚ ਜਿਹੜਾ ਗੁੱਡਸ ਆਉਂਦੇ ਨੇ ਬਾਜ਼ਾਰ ਦੇ ਵਿੱਚ ਵਿਕਣ ਵਾਸਤੇ ਇਲੈਕਟ੍ਰੋਨਿਕ ਗੁੱਡਸ ਇਲੈਕਟ੍ਰੀਕਲ ਗੁੱਡਸ ਜਾਂ ਦੂਸਰੀਆਂ ਹੋਰ ਗੁੱਡਸ ਉਹਦੇ ਤੇ ਜਿਹੜਾ ਉਸ ਵਕਤ ਵੈਟ ਦੀ ਅਦਾਇਗੀ ਸੀ ਆਪਾਂ ਸਾਰੇ ਜਾਣਦੇ ਕਿ ਹੁਣ ਤਾਂ ਵੈਟ ਹੈ ਨਹੀਂਗਾ ਹੁਣ ਜੀਐਸਟੀ ਨੇ ਰਿਪਲੇਸ ਕਰਤਾ ਪਰ ਇਹਨਾਂ ਨੇ ਜਦੋਂ ਇਹਨਾਂ ਦੇ ਧਿਆਨ ਵਿੱਚ ਇਹ ਆਇਆ ਕਿ ਇਹ ਇੰਨੇ ਵੱਡੇ ਪੱਧਰ ਤੇ ਕੰਟੇਨਰ ਕਾਰਪੋਰੇਸ਼ਨ ਆਫ ਇੰਡੀਆ ਦੇ ਗੁੱਡਸ ਆ ਰਹੇ ਨੇ ਪੰਜਾਬ ਪਰ ਉੱਥੇ ਜਿਹੜੇ ਵਪਾਰੀ ਨੇ ਉਹ ਇਹਦੇ ਤੇ ਉੱਤੇ ਪ੍ਰੋਪਰ ਵੈਟ ਦੀ ਅਦਾਇਗੀ ਨਹੀਂ ਕਰ ਰਹੇ ਇਹਨਾਂ ਦੇ ਹਿਸਾਬ ਦੇ ਨਾਲ ਜਿਹੜੇ 3 ਸਾਲ ਇਹਨਾਂ ਨੇ ਚੱਕੇ ਨੇ ਇਹਦੇ ਜਿਹਨਾਂ ਨੇ ਕਿਹਾ ਕਿ 44000 ਰੁਪਏ ਦਾ ਵੈਟ ਜਿਹੜਾ ਸੀਗਾ ਉਹਦੇ ਤੇ ਬੈਟ ਚਾਰਜ ਕੀਤਾ ਜਾਣਾ ਚਾਹੀਦਾ ਸੀਗਾ ਲੇਕਿਨ ਉਹ ਬੈਟ ਜਿਹੜਾ ਸੀਗਾ ਉਹ ਅਨਫੋਰਚੂਨੇਟਲੀ ਚਾਰਜ ਨਹੀਂ ਕੀਤਾ ਗਿਆ ਇਹਨਾਂ ਨੇ ਆਪਣੇ ਸੁਪੀਰੀਅਰਸ ਨੂੰ ਦੇ ਧਿਆਨ ਵਿੱਚ ਲਿਆਂਦਾ ਇਹਨਾਂ ਨੇ ਔਨ ਰਿਕਾਰਡ ਈਮੇਲ ਕਰ ਦਿੱਤੀ ਔਰ ਔਨ ਰਿਕਾਰਡ ਸਾਰਾ ਕੁਝ ਲਿਆਂਦਾ ਥੋੜੇ ਸਮੇਂ ਬਾਅਦ ਹੀ ਕੈਪਟਨ ਵਾਇਰਸ ਮੱਟਾ ਨੂੰ ਲੁਧਿਆਣੇ ਤੋਂ ਬਾਹਰ ਪੋਸਟ ਆਊਟ ਕਰਕੇ ਪਹਿਲਾਂ ਅੰਮ੍ਰਿਤਸਰ ਭੇਜਤਾ ਫਿਰ ਮੁੜ ਕੇ ਬਠਿੰਡੇ ਭੇਜਤਾ ਐਂਡ ਸਬਸਿਕਵੈਂਟਲੀ ਸਮਵੇਰ ਅਰਾਊਂਡ 2014 ਹੀ ਰਿਟਾਇਰਡ ਫਰਮ ਸਰਵਿਸ ਅੰਮ੍ਰਿਤਸਰ ਦੇ ਵਿੱਚ ਸਤਖੰਡ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਹਾੜਾ ਮਨਾਇਆ ਗਿਆ ਸੰਗਤ ਵੱਡੀ ਗਿਣਤੀ ਦੇ ਵਿੱਚ ਇਥੇ ਨਤਮਸਤਕ ਹੋਈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਕੋਈ ਇਮਾਰਤ ਨਹੀਂ ਹੈ ਇਸ ਸਿੱਖਾਂ ਦਾ ਸਿਧਾਂਤ ਹੈ ਬੜਾ ਉੱਚਾ ਤੇ ਸੁਚਾ ਸੰਕਲਪ ਹੈ ਤੇ ਅੱਜ ਹਰ ਸਿੱਖ ਨੂੰ ਇਸ ਸੰਕਲਪ ਨੂੰ ਜਾਣਨ ਦੀ ਲੋੜ ਹੈ ਜਥੇਦਾਰ ਨੇ ਖਾਸ ਤੌਰ ਤੇ ਨੌ ਕਿਓ ਸ਼੍ਰੀ ਕਾਲ ਤਖਤ ਸਾਹਿਬ ਦਾ ਇਤਿਹਾਸ ਜ਼ਰੂਰ ਪੜਨ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਗਈਆਂ ਨੇ ਉਹਨਾਂ ਬਾਰੇ ਜਾਣਨ ਦੀ ਲੋੜ ਹੈ ਪੜਨ ਦੀ ਲੋੜ ਹੈ ਤਾਂ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਪਏਗਾ ਤਾਂ ਸਾਡਾ ਲੋਕ ਸੁਖੀ ਤੇ ਪਰਲੋਕ ਸੋਹੇਲਾ ਹੋਏਗਾ ਮੈਂ ਇੱਕ ਵਾਰੀ ਫੇਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੋ ਮੇਰੀ ਪੀੜ ਦੇ ਮਾਲਕ ਨੇ ਉਹਨਾਂ ਵੱਲੋਂ ਸਿਰਜੇ ਇਸ ਮਹਾਨ ਪਾਵਨ ਪਵਿੱਤਰ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਦਿਵਸ ਦੀਆਂ ਸਮੁੱਚੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈ ਦਿਨਾ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਅਕਾਲ ਪੁਰਖ ਪਰਮੇਸ਼ਵਰ ਆਪਣੇ ਪੰਥ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਪੰਥ ਨੂੰ ਏਕਤਾ ਇਤਿਫਾਕ ਪੰਥ ਨੂੰ ਨਾਮਦਾਨ ਪੰਥ ਨੂੰ ਸੇਵਾ ਸਿਮਰਨ ਬਖਸ਼ਿਸ਼ ਕਰਕੇ ਅਕਾਲ ਪੁਰਖ ਕਰਤਾਰਥ ਕਰੇ ਇਹ ਮੇਰੀ ਅਰਦਾਸ ਹੈ ਭਾਰਤ ਦੇ ਵਿੱਚ ਸਰਕਾਰ ਦੀ ਸਿਫਾਰਿਸ਼ ਤੇ ਹੁਣ ਟਵਿੱਟਰ ਨੇ ਖਾਲਸਾ ਐ ਦੇ ਸੰਸਥਾਪਕ ਅਤੇ ਸੀਈਓ ਰਵਿੰਦਰ ਸਿੰਘ ਦਾ ਟਵਿੱਟਰ ਅਕਾਊਂਟ ਵੀ ਬੰਦ ਕਰ ਦਿੱਤਾ ਹੈ ਖਾਲਸਾ ਐ ਨੇ ਟਵਿੱਟਰ ਤੇ ਇਸ ਦੀ ਜਾਣਕਾਰੀ ਦਿੱਤੀ ਹੈ ਰਵੀ ਸਿੰਘ ਨੇ ਵੀ ਫੇਸਬੁੱਕ ਤੇ ਇੱਕ ਪੋਸਟ ਪਾ ਕੇ ਦੱਸਿਆ ਹੈ ਕਿ ਉਹਨਾਂ ਦਾ ਅਕਾਊਂਟ ਬੈਨ ਕਰ ਦਿੱਤਾ ਗਿਆ ਭਾਰਤ ਦੇ ਵਿੱਚ ਉਹਨਾਂ ਕਿਹਾ ਕਿ ਇਹ ਬੀਜੇਪੀ ਦੇ ਅਧੀਨ ਲੋਕਤੰਤਰ ਦਾ ਅਸਲੀ ਚਿਹਰਾ ਹੈ ਹਾਲਾਂਕਿ ਉਹਨਾਂ ਕਿਹਾ ਕਿ ਸਿੱਖਾਂ ਦੇ ਸੋਸ਼ਲ ਮੀਡੀਆ ਅਕਾਊਂਟ ਦੇ ਬੈਨ ਲਾਉਣ ਨਾਲ ਆਵਾਜ਼ਾਂ ਉੱਠਣ ਤੋਂ ਰੋਕੀਆਂ ਨਹੀਂ ਜਾ ਸਕਦੀਆਂ ਅਸੀਂ ਹੋਰ ਉੱਚੀ ਆਵਾਜ਼ ਵਿੱਚ ਬੋਲਾਂਗੇ ਪੁਲwidehat ਤੋਂ ਕਾਂਗਰਸ ਵਿਧਾਇਕ ਸੁਖਪ ਸ਼ਬਦਾਂ ਵਿੱਚ ਇਸ ਕਾਰਵਾਈ ਦੀ ਨਿੰਦਿਆ ਕੀਤੀ ਹੈ ਇਸ ਤੋਂ ਪਹਿਲਾਂ ਪਰਮਹੂਮ ਪੰਜਾਬੀ ਨੌਜਵਾਨ ਗਾਇਕ ਸੁਖਦੀਪ ਸਿੰਘ ਸਿੱਧੂ ਮੁਸੇਵਾਲੇ ਦਾ SYL ਗਾਣਾ ਵੀ ਸਰਕਾਰੀ ਸਿਫਾਰਿਸ਼ ਤੇ YouTube ਨੇ ਹਟਾ ਦਿੱਤਾ ਸੀ ਭਾਰਤ ਦੇ ਵਿੱਚ ਫਿਰ ਕਿਸਾਨਾਂ ਦੀ ਹਮਾਇਤ ਕਰਨ ਵਾਲਾ ਟ੍ਰੈਕਟਰ ਟੂ ਟਵਿੱਟਰ ਅਕਾਊਂਟ ਬੰਦ ਕੀਤਾ ਗਿਆ ਕਿਸਾਨ ਅੰਦੋਲਨ ਵੇਲੇ ਇਸ ਅਕਾਊਂਟ ਨੇ ਵੱਡੀ ਭੂਮਿਕਾ ਨਿਭਾਈ ਸੀ ਤੇ ਕਿਸਾਨ ਇਕਤਾ ਮੋਰਚਾ ਵੀ ਹਟਾ ਦਿੱਤਾ ਗਿਆ ਪੰਜਾਬ ਦੇ ਦੋਵਾਰੀ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਵਾਰ ਮੁੜ ਤੋਂ ਦੇਸ਼ ਵਿੱਚ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ ਮੰਨਿਆ ਜਾ ਰਿਹਾ ਹੈ ਕਿ ਕੇਂਦਰ ਦੀ NDA ਸਰਕਾਰ ਕੈਪਟਨ ਨੂੰ ਉਪਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾ ਸਕਦੀ ਹੈ ਪਤੀ ਦੀ ਚੋਣ ਹੋਏਗੀ 11 ਅਗਸਤ ਨੂੰ ਕਾਰਜਕਾਲ ਦਾ ਅਖੀਰ ਲਾ ਦੇਣਾ ਹੈ ਕੈਪਟਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਨਾਲ ਕਾਫੀ ਚੰਗੇ ਰਿਸ਼ਤੇ ਨੇ ਉਹਨਾਂ ਨੂੰ ਉਪ ਰਾਸ਼ਟਰਪਤੀ ਬਣਾ ਕੇ ਬੀਜੇਪੀ ਪੰਜਾਬ ਦੀ ਸਿਆਸਤ ਵਿੱਚ ਵੱਡਾ ਦਾਅ ਖੇਡਣ ਦੀ ਤਿਆਰੀ ਵਿੱਚ ਲੱਗਦੀ ਹੈ ਕੈਪਟਨ ਮਨਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਵੱਲੋਂ ਵੀ ਸੰਕੇਤ ਦਿੱਤੇ ਜਾ ਰਹੇ ਨੇ ਪੰਜਾਬ ਦੇ ਵਿੱਚ ਹੁਣ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਵੀ ਰੇਕੀ ਕੀਤੀ ਜਾ ਰਹੀ ਹੈ ਉਨ੍ਹਾਂ ਦੇ ਘਰ ਦੇ ਕੋਲੇ ਇੱਕ ਨਕਸ਼ਾ ਮਿਲਿਆ ਹੈ ਜਿਹੜਾ ਕਿ ਸੋਮ ਪ੍ਰਕਾਸ਼ ਦੇ ਘਰ ਦਾ ਹੈ ਜਿਸ ਦੇ ਵਿੱਚ ਘਰ ਦਾ ਪੂਰਾ ਬਲੂਪ੍ਰਿੰਟ ਤਿਆਰ ਕੀਤਾ ਗਿਆ ਉਹਦੀ ਸੁਰੱਖਿਆ ਕਿੱਥੇ ਰਹਿੰਦੀ ਹੈ ਇਹ ਵੀ ਦੱਸਿਆ ਗਿਆ ਹੈ ਨਕਸ਼ਾ ਘਰ ਦੇ ਨੇੜਲੇ ਪਾਰਕ ਦੇ ਵਿੱਚ ਪਿਆ ਮਿਲਿਆ ਕੇਂਦਰੀ ਮੰਤਰੀ ਨੇ ਤੁਰੰਤ ਇਸ ਦੀ ਸੂਚਨਾ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਦਿੱਤੀ ਜਿਸ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਇੱਕ ਔਰਤ ਨੇ ਇਹ ਨਕਸ਼ਾ ਸੁਰੱਖਿਆ ਕਰਮਚਾਰੀਆਂ ਨੂੰ ਦਿੱਤਾ ਹੈ ਅੰਮ੍ਰਿਤਸਰ ਦੇ ਵਿੱਚ ਜ਼ਿਲ੍ਹਾ ਪੱਧਰ ਤੇ ਰਾਤ ਤੋਂ ਰਾਤ ਪੁਲਿਸ ਮੈਕਮੇ ਦੇ ਵਿੱਚ ਸਭ ਤੋਂ ਵੱਡਾ ਫੇਰ ਬਦਲ ਕੀਤਾ ਗਿਆ ਪੁਲਿਸ ਕਮਿਸ਼ਨਰ ਆਈਪੀਐਸ ਸਰ ਅਰਣੋਜ ਨੇ ਦੇਰ ਰਾਤ 1 ਵਜੇ ਹੁਕਮ ਜਾਰੀ ਕਰਕੇ ਸਾਰੇ ਕਮਿਸ਼ਨਰੇਟ ਦੇ ਪੁਲਿਸ ਮੁਲਾਜ਼ਮਾਂ ਦੀਆਂ ਬਦਲੀਆਂ ਕਰ ਦਿੱਤੀਆਂ ਜ਼ਿਲ੍ਹੇ ਦੇ 1138 ਸਬ ਇੰਸਪੈਕਟਰਾਂ ਐਸਆਈ ਹੈੱਡ ਕਾਂਸਟੇਬਲਾਂ ਤੇ ਕਾਂਸਟੇਬਲਾਂ ਦੇ ਤਬਾਦਲੇ ਕੀਤੇ ਨੇ ਤੇ ਪਹਿਲੀ ਵਾਰ ਹੀ ਅੰਮ੍ਰਿਤਸਰ ਦੇ ਵਿੱਚ ਇੰਨੀ ਵੱਡੀ ਪੱਧਰ ਤੇ ਪੁਲਿਸ ਤਬਾਦਲੇ ਹੋਏ ਨੇ ਸ਼ਨੀਚਰਵਾਰ ਨੂੰ 1000 ਫੁੱਟ ਦੀ ਉਚਾਈ ਤੇ ਉੱਡ ਰਹੇ ਸਪਾਈਸ ਜੈਟ ਜਹਾਜ਼ ਦੇ ਵਿੱਚ ਧੂਆਂ ਭਰ ਗਿਆ ਜਿਸ ਤੋਂ ਬਾਅਦ ਉਡਾਣ ਦਿੱਲੀ ਵਾਪਸ ਲੈਂਡ ਹੋਈ ਐਮਰਜੈਂਸੀ ਲੈਂਡਿੰਗ ਹੋਈ ਐ ਤੇ ਹਫ਼ਤੇ ਵਿੱਚ 에ਅਰਲਾਈਨ ਸਪਾਈਸ ਜੈਟ ਦੇ ਵਿੱਚ ਅਜਿਹੀ ਪੰਜਵੀਂ ਘਟਨਾ ਵਾਪਰੀ ਐ ਸਪਾਈਸ ਜ ਦੇ ਚਾਲਕ ਦਲ ਦੇ ਮੈਂਬਰਾਂ ਨੇ 5000 ਫੁੱਟ ਦੀ ਉਚਾਈ ਤੇ ਕੈਬਨ ਵਿੱਚ ਧੂਆਂ ਦੇਖਿਆ ਜਿਸ ਤੋਂ ਬਾਅਦ ਜਹਾਜ਼ ਦਿੱਲੀ ਪਰਤ ਆਇਆ ਸਪਾਈਸ ਜੈਟ ਨੇ ਖੁਦ ਇਸਦੀ ਜਾਣਕਾਰੀ ਦਿੱਤੀ ਇਸ ਤੋਂ ਪਹਿਲਾਂ 19 ਜੂਨ ਨੂੰ ਪਟਨਾ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਸਪਾਈਸ ਜੈਟ ਦੇ ਦਿੱਲੀ ਜਾ ਰਹੇ ਜਹਾਜ਼ ਦੇ ਇੰਜਣ ਵਿੱਚ ਅੱਗ ਲੱਗ ਗਈ ਸੀ ਫਿਰ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ ਸੀ ਜਹਾਜ਼ ਵਿੱਚ 185 ਯਾਤਰੀ ਸਵਾਰ ਸਨ ਤੇ ਪੰਛੀ ਦੇ ਟਕਰਾਉਣ ਕਾਰਨ ਇੰਜਣ ਫੇਲ ਹੋ ਗਿਆ ਸੀ 3 ਜੂਨ ਨੂੰ ਜਬਲਪੁਰ ਜਾ ਰਹੀ ਫਲਾਈਟ ਨੂੰ ਕੈਬਨ ਦੇ ਵਿੱਚ ਦਬਾਅ ਦੀ ਸਮੱਸਿਆ ਕਾਰਨ ਦਿੱਲੀ ਵਾਪਸ ਪਰਤਣਾ ਪਿਆ ਦੋ ਵੱਖ-ਵੱਖ ਜਹਾਜ਼ਾਂ ਨੂੰ 24 ਜੂਨ ਤੇ 25 ਜੂਨ ਨੂੰ ਟੇਕ-ਆਫ ਦੌਰਾਨ ਦਰਵਾਜ਼ਿਆਂ ਦੇ ਵਿੱਚ ਖਰਾਬੀ ਦੀ ਚੇਤਾਵਨੀ ਮਿਲਣ ਤੋਂ ਬਾਅਦ ਯਾਤਰਾ ਨੂੰ ਯਾਤਰਾ ਦਿੱਲੀ 에어ਪੋਰਟ ਤੱਕ ਸਰਕਾਰੀ ਵਾਲਵੋ ਬੱਸ ਸੇਵਾ ਸ਼ੁਰੂ ਹੋ ਗਈ ਹੈ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਮੋਗਾ ਤੋਂ ਦਿੱਲੀ ਜਾਣ ਵਾਲੀਆਂ ਵਾਲਵੋ ਬੱਸਾਂ ਨੂੰ ਹਰੀ ਚੰਡੀ ਦਿਖਾ ਕੇ ਰਵਾਨਾ ਕੀਤਾ ਵਾਲਵੋ ਬੱਸ ਦਾ ਇਥੋਂ ਦਿੱਲੀ ਦਾ ਕਿਰਾਇਆ 1160 ਰੁਪਏ ਹੋਏਗਾ ਜਦਕਿ ਪ੍ਰਾਈਵੇਟ ਬੱਸਾਂ ਦਾ ਕਿਰਾਇਆ 3000 ਰੁਪਏ ਪ੍ਰਤੀ ਯਾਤਰੀ ਹੈ ਪੁਲਿਸ ਨੇ ਯੂਪੀ ਦੇ ਬਦਾਉਂ ਜ਼ਿਲ੍ਹੇ ਦੇ ਸੈਸਵਨ ਕੋਤਵਾਲੀ ਇਲਾਕੇ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਸੋਸ਼ਲ ਮੀਡੀਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਅਪਦੇ ਟਿੱਪਣੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ ਮਨੀਪੁਰ ਦੇ ਨੋਨੀ ਜ਼ਿਲ੍ਹੇ ਦੇ ਵਿੱਚ ਰੇਲਵੇ ਨਿਰਮਾਣ ਸ ਹੋ ਗਈ ਹੈ ਜਦਕਿ 38 ਵਿਅਕਤੀ ਹਾਲੇ ਵੀ ਲਾਪਤਾ ਨੇ ਕੇਰਲਾ ਤੋਂ ਖਬਰ ਹੈ ਜਿੱਥੇ ਕਾਲੰਬਲਮ ਦੇ ਵਿੱਚ ਤੜਕੇ-ਤੜਕੇ ਦੋਨਾਂ ਬਾਲਗ ਬੱਚਿਆਂ ਸਮੇਤ ਪਰਿਵਾਰ ਦੇ 5 ਮੈਂਬਰ ਘਰ ਦੇ ਵਿੱਚ ਮ੍ਰਿਤਕ ਮਿਲੇ ਘਰ ਦਾ ਮਾਲਕ ਜਿੱਥੇ ਕਮਰੇ ਵਿੱਚ ਲਟਕਦਾ ਮਿਲਿਆ ਉੱਥੇ ਬਾਕੀ 4 ਮੈਂਬਰਾਂ ਦੀਆਂ ਲਾਸ਼ਾਂ ਜ਼ਮੀਨ ਤੇ ਪਈਆਂ ਸਨ ਪਹਿਲੀ ਜਾਂਚ ਦੇ ਮੁਢਲੀ ਜਾਂਚ ਦੇ ਮੁਤਾਬਿਕ ਇਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾਦੀ ਹੋਏਗੀ ਮ੍ਰਿਤਕਾਂ ਦੇ ਵਿੱਚ ਘਰ ਦਾ ਮਾਲਕ ਉਸਦੀ ਪਤਨੀ ਤੇ ਦੋ ਬੱਚਿਆਂ ਤੋਂ ਇਲਾਵਾ ਇੱਕ ਹੋਰ ਔਰਤ ਰਿਸ਼ਤੇਦਾਰ ਵੀ ਸ਼ਾਮਲ ਹੈ ਵਾਲਸ ਮੁਤਾਬਕ ਮੌਕੇ ਵਾਰਦਾਤ ਤੋਂ ਮਾਮਲਾ ਖੁਦਕੁਸ਼ੀ ਦਾ ਲੱਗਦਾ ਹੈ ਕਿਉਂਕਿ ਪਰਿਵਾਰ ਆਰਥਿਕ ਤੰਗੀ ਦੇ ਵਿੱਚ ਸੀ ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਲੋੜਵੰਦਾਂ ਦੀ ਮਦਦ ਕਰਦੇ ਰਿਹਾ ਕਰੋ ਸਵੇਰ ਦੀਆਂ ਖਬਰਾਂ ਵਿੱਚ ਫੇਰ ਮਿਲਾਂਗੇ ਧੰਨਵਾਦ